ਪੰਜਾਬ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਪਾਸੇ ਤੇ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਸਿੱਖਿਆ ਦਾ ਜਿਹੜਾ ਮਿਆਰ ਆ ਉਹਨੂੰ ਉੱਚਾ ਚੁੱਕਣਾ ਹੈ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਤੇ ਦੂਸਰੇ ਪਾਸੇ ਖਬਰ ਆਉਂਦੀ ਹੈ ਵੀ ਇੱਕ ਫਾਰਮੇਸੀ ਕਾਲਜ ਹੈ ਤੇ ਉਹਦੇ ਵਿੱਚ ਸੀਸੀਟੀਵੀ ਲੱਗ ਜਾਂਦੇ ਆ ਤੇ ਪ੍ਰੀਖਿਆਰਥੀ ਪੇਪਰ ਦੇਣ ਹੀ ਨਹੀਂ ਜਾਂਦੇ ਐਡਾ ਮੰਦੜਾ ਹਾਲ ਕਿਉਂ ਹੋ ਗਿਆ ਸਾਡੇ ਪ੍ਰਾਈਵੇਟ ਕਾਲਜਿਸ ਦਾ ਜਿਹੜੀ ਗੱਲ ਤੁਸੀਂ ਸੁਪਰੀਮ ਪਹਿਲਾਂ ਕੀਤੀ ਆ ਕਿ ਸਰਕਾਰ ਦਾ ਜ਼ੋਰ ਲੱਗਾ ਹੋਇਆ ਉਹਨਾਂ ਕੋਸ਼ਿਸ਼ਾਂ ਦਾ ਕੀ ਬਣਿਆ ਉਹਦੀ ਥੋੜੀ ਜੀ ਗੱਲਬਾਤ ਕਰ ਲੈਂਦੇ ਆ ਜਿਹੜੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਉਹਨਾਂ ਵਿੱਚ ਸਰਕਾਰੀ ਸਕੂਲਾਂ ਨੇ ਬਾਜ਼ੀ ਮਾਰੀ ਹੈ ਹਮੇਸ਼ਾ ਦੀ ਤਰ੍ਹਾਂ ਲੜਕੀਆਂ ਨੇ ਪਹਿਲਾ ਪੰਜਵਾਂ ਦੂਜਾ ਤੀਜਾ ਬਹੁਤ ਸਾਰੀਆਂ ਪੋਜੀਸ਼ਨਾਂ ਤੇ ਜਿਹੜੇ ਬੱਚੇ ਆਏ ਨੇ ਸਰਕਾਰੀ ਸਕੂਲਾਂ ਦੇ ਜਿਹਨਾਂ ਵਿੱਚੋਂ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਔਰ ਉਹਨਾਂ ਨੇ 500 ਦੇ ਵਿੱਚੋਂ 495 96 ਤੱਕ ਅੰਕੋ ਲੈ ਗਏ ਨੇ 97 ਤੱਕ ਵੀ ਲੈ ਗਏ ਨੇ ਹੁਣ ਬੜੀ ਵਧਾਈ ਦੀ ਗੱਲ ਹੈ ਵੱਡੀ ਵਧਾਈ ਦੀ ਗੱਲ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਰਕਾਰ ਦੀ ਕਾਰਜਕਾਰੀ ਨੂੰ ਸ਼ਾਬਾਸ਼ ਦੇ ਰਹੇ ਨੇ ਆਪਣੀ ਪਿੱਠ தਪਤ ਪਾ ਰਹੇ ਨੇ ਪਰ ਇਹ ਜੇ ਅਸੀਂ ਇਹ ਕਹਿ ਲਈਏ ਨਾ ਸੁਬਲੀਨ ਕਿ ਇਹ 10 15 20 ਜਾਂ 50 ਜਾਂ 100 ਬੱਚੇ ਦੇ ਇਸ ਤਰ੍ਹਾਂ ਪੋਜੀਸ਼ਨਾਂ ਲੈ ਲੈਣ ਨਾਲ ਇਹ ਪਤਾ ਲੱਗ ਜਾਊਗਾ ਇਸ ਗੱਲ ਦਾ ਮਾਪਦੰਡ ਪੱਕਾ ਹੋਊ ਕਿ ਸਰਕਾਰੀ ਸਕੂਲਾਂ ਦਾ ਮਿਆਰ ਉੱਚਾ ਹੋ ਚੁੱਕਾ ਹੈ ਇਹ ਗਲਤ ਹੈ ਸਰਕਾਰ ਨੂੰ ਇਸ ਗੱਲ ਦਾ ਕ੍ਰੈਡਿਟ ਇਸ ਤਰੀਕੇ ਨਹੀਂ ਲੈਣਾ ਚਾਹੀਦਾ ਉਹ ਕਹਿ ਦੇਣ ਕਿ ਠੀਕ ਆ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵੀ ਵਧੀਆ ਕਰ ਰਹੇ ਨੇ ਜੇ ਕਹਿੰਦਾ ਜਾਵੇ ਕਿ ਮਿਆਰ ਉੱਚਾ ਚੁੱਕਿਆ ਚੁੱਕਾ ਉੱਚਾ ਚੁੱਕਿਆ ਗਿਆ ਉਹ ਗੱਲ ਨਹੀਂ ਹੈ ਗੱਲ ਹਮੇਸ਼ਾ ਮжоਰਿਟੀ ਦੀ ਹੋਏਗੀ ਕਿ ਉਹਨਾਂ ਦੇ ਪੱਲੇ ਕੀ ਹੈ ਕਿੰਨਿਆ ਸਾਲਾਂ ਤੋਂ ਇੱਕ ਤੇ ਪਹਿਲਾਂ ਵਧਾਈ ਹੈ ਇਹ ਬੱਚੀਆਂ ਜੋ ਪੰਜਾਬ ਦੇ ਵਿੱਚ ਸਾਡੇ ਤੇ ਕੁੜੀ ਮਾਰ ਹੋਣ ਦਾ ਇਲਜ਼ਾਮ ਕਦੇ ਲੱਗਾ ਸੀ ਉਹ ਧੋਨੇ ਤੋਤੇ ਜਾ ਰਹੇ ਨੇ ਚੰਗੀ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਇਹ ਜੋ ਪਿਛਲੇ ਸਾਲਾਂ ਦੇ ਵਿੱਚ ਚੱਲਣ ਚੱਲਿਆ ਇੰਨੇ ਸਾਲਾਂ ਤੋਂ ਅੱਜ ਦਾ ਨਹੀਂ ਕਿ ਬੋਰਡ ਦੇ ਪੇਪਰ ਜਿਹੜੇ ਨੇ ਉਹ ਬੋਰਡ ਤੇ ਹੋਣਗੇ ਬੋਰਡ ਦੇ ਪੇਪਰਾਂ ਦਾ ਮਤਲਬ ਇਹ ਹੁੰਦਾ ਮੈਂ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਸਾਰੇ ਅਧਿਆਪਕਾਂ ਨੂੰ ਮਿਲਿਆ ਇੱਕ ਵਾਰ ਗੱਲਬਾਤ ਚੱਲ ਰਹੀ ਸੀ ਉਹ ਸਾਰੇ ਮਾਣ ਨਾਲ ਦੱਸ ਰਹੇ ਸੀ ਕਿ ਅਸੀਂ ਫਲਾਨੀ ਜਗ੍ਹਾ ਤੇ ਫਲਾਨੀ ਜਗ੍ਹਾ ਤੇ ਅਸੀਂ ਅਧਿਆਪਨ ਦਾ ਕੀਤਾ ਜਿਹੜਾ ਉਹ ਕੀਤਾ ਤੇ ਅਸੀਂ ਪੜਾਉਂਦੇ ਰਹੇ ਬੱਚਿਆਂ ਬੱਚੇ ਸਾਡਾ ਬੱਚੇ ਸਾਡੀ ਇੱਜ਼ਤ ਕਰਦੇ ਨੇ ਸਾਨੂੰ ਮਾਣ ਹੈ कोरोना ਵਿੱਚ ਕੋਈ ਵੀ ਬਾਹਰ ਖੜੀ ਕਰਕੇ ਕੋਈ ਇੱਕ ਅੱਧਾ ਸ਼ਾਇਦ ਹੋਵੇ ਇਹ ਨਹੀਂ ਕਹਿ ਸਕਿਆ ਕਿ ਜਿਸ ਸਕੂਲ ਵਿੱਚ ਮੈਂ ਪ੍ਰਿੰਸੀਪਲ ਸੀ ਜਾਂ ਵਾਈਸ ਪ੍ਰਿੰਸੀਪਲ ਸੀ ਜਾਂ ਹੈਡਮਾਸਟਰ ਸੀ ਉਥੇ ਨਕਲ ਨਾ ਹੋਈ ਹੋਵੇ ਕਦੇ ਖਾ ਲਿਆ ਸਾਨੂੰ ਇਸ ਬਿਮਾਰੀ ਨੇ ਚਲੋ ਸਰਕਾਰੀ ਸਕੂਲਾਂ ਦਾ ਹਾਲਤ ਸੁਧਰੇ ਆਉਣ ਵਾਲੇ ਸਾਲਾਂ ਵਿੱਚ ਅਸੀਂ ਕਾਮਨਾ ਕਰਦੇ ਹਾਂ ਪੰਜਾਬ ਦੀ ਖਾਸ ਤੌਰ ਤੇ ਹਰ ਕੋਈ ਪ੍ਰਾਈਵੇਟਾਂ ਦੀ ਝੋਲੀ ਨਹੀਂ ਪੈ ਸਕਦਾ ਪਰ ਪ੍ਰਾਈਵੇਟ ਦੇ ਵਿੱਚ ਵੀ ਕੀ ਹੋ ਰਿਹਾ ਉਹ ਦੀ ਇੱਕ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਸੰਗਰੂਰ ਜ਼ਿਲ੍ਹੇ ਦੀ ਘਟਨਾ ਸੰਗਰੂਰ ਦੇ ਵਿੱਚ ਪਹਿਲਾਂ ਵੀ ਡਮੀ ਐਡਮਿਸ਼ਨ ਤੇ ਐਗਜ਼ਾਮੀਨੇਸ਼ਨ ਦੇ ਵਿੱਚ ਗੜਬੜੀਆਂ ਦੇ ਚੱਲਦੇ ਜਾਂਚ ਚੱਲ ਰਹੀ ਹੈ 2020 ਤੋਂ ਵਿਸ਼ੇਸ਼ ਫੀਸ ਲਈ ਜਾਂਦੀ ਹੈ ਉਹਨਾਂ ਨੂੰ ਪੱਕੀਆਂ ਡਿਗਰੀਆਂ ਦੇਣ ਹਿਤ ਕੁਝ ਫਾਰਮੇਸੀ ਕਾਲਜ ਜਿਹੜੇ ਨੇ ਉਹ ਰਡਾਰ ਤੇ ਨੇ ਸੰਗਰੂਰ ਦੇ ਮੂਨਕ ਦੇ ਵਿੱਚ ਇੱਕ ਪ੍ਰਾਈਵੇਟ ਫਾਰਮੇਸੀ ਕਾਲਜ ਦੇ ਵਿਦਿਆਰਥੀਆਂ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹਨਾਂ ਦਾ ਸੈਂਟਰ ਜਿਹੜਾ ਸੀ ਉਹ ਪ੍ਰਾਈਵੇਟ ਕਾਲਜ ਦੇ ਅੰਦਰੋਂ ਬਦਲ ਕੇ ਸਰਕਾਰੀ ਕਾਲਜ ਦੇ ਵਿੱਚ ਕਰ ਦਿੱਤਾ ਗਿਆ ਤੇ ਸੀਸੀਟੀਵੀ ਕੈਮਰੇ ਲਾ ਕੇ ਚੰਡੀਗੜ੍ਹ ਦੇ ਮੁੱਖ ਦਫ਼ਤਰ ਨਾਲ ਜੋੜ ਦਿੱਤੇ ਗਏ। ਪੰਜਾਬ ਦੀ ਵੱਡੀ ਅਖਬਾਰ ਪੰਜਾਬੀ ਟ੍ਰਿਬਿਊਨ ਦੇ ਹਵਾਲੇ ਨਾਲ ਅਸੀਂ ਇੱਕ ਖਬਰ ਦੇ ਰਹੇ ਹਾਂ। ਕਿ ਉਹ ਜੋ ਸੀਸੀਟੀਵੀ ਲਾਏ ਗਏ ਉਹ ਲੌਂਗ ਤੋਂ ਜਦੋਂ ਅਧਿਕਾਰੀ ਤਿਆਰ ਬਰ ਤਿਆਰ ਬੈਠੇ ਸੀ ਕਿ ਅੱਜ ਵਿਦਿਆਰਥੀਆਂ ਦਾ ਐਗਜ਼ਾਮ ਹੋਣਾ ਫਾਰਮੇਸੀ ਦਾ ਤੇ ਅਸੀਂ ਉਹਨਾਂ ਤੇ ਨਿਗਰਾਨੀ ਕਰਨੀ ਹੈ। ਮੂਨਕ ਦੇ ਇਸ ਪ੍ਰਾਈਵੇਟ ਕਾਲਜ ਦੇ 63 ਵਿਦਿਆਰਥੀ ਸਨ ਉਹਨਾਂ ਨੂੰ ਤਾਂ ਇਹ ਕਿਹਾ ਜਾ ਰਿਹਾ ਦੇਖੋ ਜੀ ਸੈਂਟਰ ਬਦਲ ਕੇ ਦੂਰ ਕਰ ਦਿੱਤਾ ਗਿਆ ਜਾਣ ਦੇ ਦੁੱਖੋਂ ਕੋਈ ਪਹੁੰਚ ਨਹੀਂ ਸਕਿਆ ਦੂਰ ਸੀ ਲੱਗਦੀ ਨਹੀਂ ਇਹ ਗੱਲ ਕੋਈ ਇੱਕ ਤਾਂ ਪਹੁੰਚਦਾ ਸੀਸੀਟੀਵੀ ਲੱਗਾ ਤੇ ਐਗਜ਼ਾਮ ਜਿਹੋ ਉਸ ਕਾਲਜ ਨੇ ਗਾਰੰਟੀ ਕੀਤੀ ਹੋਈ ਸੀ ਕਿ ਤੁਹਾਨੂੰ ਡਿਗਰੀ ਅਸੀਂ ਫੜਾ ਦੇਣੀ ਹੈ ਹੱਥ ਵਿੱਚ ਤੁਸੀਂ ਆ ਜਾਓ ਇੱਕ ਵਾਰੀ ਉਹ ਸਾਰੇ ਦੇ ਸਾਰੇ ਵਿਦਿਆਰਥੀ ਘਰੋਂ ਹੀ ਨਹੀਂ ਨਿਕਲੇ ਇੱਕ ਵੀ ਵਿਦਿਆਰਥੀ ਐਗਜ਼ਾਮੀਨੇਸ਼ਨ ਦੇਣ ਨਹੀਂ ਆਇਆ ਕਿਸੇ ਨੇ ਕਹਤਾ ਤਿਆਰੀ ਕੋਈ ਨਹੀਂ ਜਾ ਉਹਨਾਂ ਨੂੰ ਯਕੀਨ ਨਹੀਂ ਸੀ ਕਿ ਅਸੀਂ ਪਾਸ ਕਰਾਂਗੇ ਉਹਨਾਂ ਨੂੰ ਤੇ ਡਿਗਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ ਇਹ ਐਜੂਕੇਸ਼ਨ ਵੇਚੀ ਕਿਵੇਂ ਜਾਣ ਲੱਗ ਪਈ ਜੋ ਸਾਡਾ ਕਾਲਜ ਦਾ ਸਮਾਂ ਸੀ ਉਸ ਵੇਲੇ ਅਸੀਂ ਸੁਣਦੇ ਸੀ ਕਿ ਕਰਨਾਟਕ ਦੇ ਵਿੱਚ ਤੇ ਹੋਰ ਕਈ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਮੋਹਲਿਆਂ ਦੇ ਵਿੱਚ ਇੰਜੀਨੀਅਰਿੰਗ ਕਾਲਜ ਖੁੱਲੇ ਹੋਏ ਨੇ ਉਹ ਹਾਲਤ ਪੰਜਾਬ ਵਿੱਚ ਵੀ ਹੋ ਗਈ ਕੋਈ ਵੱਖਰੀ ਗੱਲ ਹੈ ਕਿ ਆਇਲਸ ਨੇ ਉਸ ਨੂੰ ਖਾ ਲਿਆ ਗ੍ਰੇਡ 12 ਕਰਕੇ ਬੱਚੇ ਬੰਗਲਾਦੇਸ਼ਾਂ ਨੂੰ ਨਿਕਲ ਜਾਂਦੇ ਨੇ ਤੇ ਕਾਲਜ ਵਿਲੇ ਪਏ ਥੋੜਾ ਜਿਹਾ ਵਧੀ ਜਾ ਨਫਰੀ ਉਹਨਾਂ ਦੇ ਵਿੱਚ ਅੱਗੀ ਤੇ ਨੀਂਰ ਫੇਰ ਵੀ ਨਹੀਂ ਕਦੇ ਥੋੜੇ ਗਿਣਤੀ ਦੇ ਕਾਲਜ ਹੋਇਆ ਕਰਦੇ ਸੀ ਜ਼ਿਲ੍ਹਿਆਂ ਦੇ ਵਿੱਚ ਤੇ ਦਾਖਲਾ ਲੈਣ ਲਵਾਉਣ ਲਈ ਕੁਝ ਮਾੜਾ ਮੋਟਾ ਹੱਥ ਪੈਰ ਮਾਰਨਾ ਪੈਂਦਾ ਸੀ ਯੂਨੀਵਰਸਿਟੀਆਂ ਦੇ ਵਿੱਚ ਦਾਖਲੇ ਮਿਲਦੇ ਨਹੀਂ ਸੀ ਹੁਣ ਤੇ ਤੁਸੀਂ ਜਾਓ ਫਾਰਮ ਭਰੋ ਤੇ ਦਾਖਲਾ ਵੱਟ ਤੇ ਪਿਆ ਸਿੱਖਿਆ ਦੀਆਂ ਡਿਗਰੀਆਂ ਸੀ ਹੱਥਾਂ ਵਿੱਚ ਦੇ ਦਿੱਤੀਆਂ ਵਿਦੇਸ਼ਾਂ ਵਿੱਚ ਸਾਡੇ ਜਿਸ ਵੇਲੇ ਇੱਥੇ ਦੇ ਪਾਸ ਹੋਏ ਵਿਦਿਆਰਥੀ ਜਾਂਦੇ ਨੇ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਤੇ ਉੱਥੇ ਪਹਿਲਾ ਸਵਾਲ ਸਾਡਾ ਇਹ ਹੁੰਦਾ ਹੈ ਕੈਨੇਡੀਅਨ ਸਰਕਾਰ ਤੇ ਹਮੇਸ਼ਾ ਇਹ ਇਲਜ਼ਾਮ ਲੱਗਦਾ ਰਿਹਾ ਕਿ ਇਹਨਾਂ ਨੇ ਡਾਕਟਰਾਂ ਤੋਂ ਵਕੀਲਾਂ ਤੋਂ ਇੰਜੀਨੀਅਰਾਂ ਤੋਂ ਤੇ ਹੋਰ ਜਿਹੜੇ ਉੱਚੀਆਂ ਪੜ੍ਹਾਈਆਂ ਪ੍ਰਾਪਤ ਕਰਨ ਵਾਲੇ ਜਿਹੜੇ ਵਿਅਕਤੀਆਂ ਤੇ ਉਹ ਦਿਹਾੜੀਆਂ ਕਰਵਾਈਆਂ ਨੇ ਟੈਕਸੀਆਂ ਚਲਵਾਈਆਂ ਨੇ ਤੇ ਹੋਰ ਕੰਮ ਕਰਵਾਏ ਨੇ ਟਰੱਕ ਚਲਵਾਏ ਨੇ ਕਿਉਂਕਿ ਉਹਨਾਂ ਦੀਆਂ ਡਿਗਰੀਆਂ ਨੂੰ ਮਾਨਤਾ ਨਹੀਂ ਦਿੱਤੀ ਜੇ ਸਾਡੇ ਹਾਲ ਸਾਡੀ ਹਾਲਤ ਆ ਹੋਵੇਗੀ ਤੇ ਮਾਨ ਤੱਕ ਕਿਵੇਂ ਮਿਲੇਗੀ ਇਹ ਫਾਰਮੇਸੀ ਕਾਲਜ ਹੈ ਕਿ ਇਸ ਤਰ੍ਹਾਂ ਦੀਆਂ ਫਾਰਮੇਸੀਆਂ ਚਲਾਉਣੀਆਂ ਨੇ ਜਿਹੜੇ ਅਗਾਹ ਵੱਧੂ ਮੁਲਕ ਨੇ ਉਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਰੱਖਣਾ ਹੈ ਇਸ ਤਰ੍ਹਾਂ ਦੇ ਇੰਜੀਨੀਅਰ ਪੈਦਾ ਕਰਨੇ ਨੇ ਮੈਂ ਕਿਸੇ ਨੂੰ ਨੀਵਾ ਕਰਕੇ ਨਹੀਂ ਵਿਖਾ ਰਿਆ ਸਿਸਟਮ ਵਿੱਚੋਂ ਲੰਘਣਾ ਜ਼ਰੂਰੀ ਆ ਆਪਣਾ ਮਿਆਰ ਪੈਦਾ ਕਰੀਏ ਫਿਰ ਦੁਨੀਆ ਦੇ ਬਰਾਬਰ ਮੋਟੇ ਨਾ ਮੋਢਾ ਜੋੜ ਕੇ ਖੜਾ ਹੋਵਾਂਗੇ ਮਾਪਿਆਂ ਨੂੰ ਵੀ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਇਸ ਤਰ੍ਹਾਂ ਬੱਚਿਆਂ ਦੇ ਹੱਥ ਵਿੱਚ ਡਿਗਰੀਆਂ ਦੇ ਕੇ ਉਹਨਾਂ ਨੂੰ ਰੋਟੀ ਯੋਗਤਾ ਅਸੀਂ ਕਰ ਸਕਦੇ ਹਾਂ ਪਰ ਅਸੀਂ ਹੋਰ ਨਾ ਕਈਆਂ ਨਾਲ ਧੋਖਾ ਕਰ ਰਹੇ ਹਾਂ